जे तुसी देखोगे तो मेरे गाने बहुत टेढ़े है लोगों लिए भी, और उन्हें लोगों को बहुत पसंद किया। अच्छा किया मैं अपना सिगा जुआ ही अच्छा सिगा एक्सपेरिमेंटल ही भी उस टाइम भी पता नहीं हाँ पिछो आवाज आई ओ पाजी छो यार ओ गाना लाओ जो आप बनाया मैं क्या एक मैं केड़ा गाना भाई जो उन्हें बनाया आप छापे। अच्छा दिलजीत भाई मैं देख रहे क्या तुम गाना बना लिया भाजी हाँ घर से घरों मूर्ति निकली सी एक नैना देवी की। अच्छा तो उन्होंने घर छड़ता सी तू किती जो मेरे नाल तू किती जो मेरे नाल तू किती जो मेरे नाल तेरे ना खुदा कर दे जांदी जा मुट्टे आरे तेरे बिन नहीं मर दे नहीं मर दे जांदी जा मुट्टे आरे तेरे बिन नहीं मर दे। सत श्री अकाल जी तुसीं देख रहे हो चैनल पंजाबी एडिशन ते अज दी मुलाकात बहुत खास आ। कहिंदे आ 5 साल बाद म्यूजिक दा जिहड़ा ट्रेंड आ उह चेंज हुंदा, पर अज तुहानूं उहनां नाल मिलाउणा जिहदे 10 साल पहलां वी हिट सी अज वी हिट आ। उह म्यूजिक नूं अज वी सुणीए तां अज वी इदां लगदा नहीं यार अज दा तां अज दा गाणा। जैसल भाई साडे नाल मौजूद ने भाई सत श्री अकाल। सत श्री अकाल जी। सत श्री अकाल जी। बिल्कुल मैं ना जिदा जिक्र किया कि मैं बहुत सारे जो गाने सुन लिए है ना जयजी भाजी का सुन लिए रिपीट सुन लिए कितने गाने सुन लिए कि मैंने लगता जी मैं गाने सुन लग जा अद्धा घंटा अपना ऐदा ही चल जाना है। 5 साल बाद तुम सुने भी चेंज होता पर अज भी फ्रैश ने गाने। हाँ जी हाँ जी। तो अज भी थोड़ा थोड़ा ट्रेंड थोड़ा जोड़ा हिट जो रहा थोड़ा अज भी फ्यूचरिस्टिक साउंड बनी ਉਹ ਫਿਊਚਰਿਸਟਿਕ ਵੀ ਨਾਂ ਜਿਹੜਾ ਦਿੱਤਾ ਉਹ ਦਿਲਜੀਤ ਭਾਈ ਨੇ ਦਿੱਤਾ। ਅੱਛਾ ਦਿਲਜੀਤ ਭਾਈ ਲਈ ਮੈਂ 2013 ਦੇ ਆਪਾਂ ਬਥੇਰੇ ਗਾਣੇ ਬਣਾਏ ਸੀ। ਮੈਂ ਫੈਨ ਭਗਤ ਸਿੰਘ ਦਾ ਵਿੱਚੋਂ ਇੱਕ ਸੀ ਅਤੇ ਉਹਨਾਂ ਦੀ ਪੂਰੀ ਮੂਵੀ ਸੀ ਮੁਖਤਿਆਰ ਚੱਡਾ। ਬਿਲਕੁਲ ਉਹ ਮੂਵੀ ਮੈਂ ਕੀਤੀ ਸੀਗੀ ਮਿਊਜ਼ਿਕ ਮੇਰਾ ਸੀਗਾ। ਸੋ ਉਹ ਇੱਕ ਐਲਬਮ ਵੀ ਆਪਾਂ ਬਣਾਈ ਸੀ ਜਿਹੜੀ ਐਲਬਮ ਅਨਾਊਂਸ ਹੋ ਗਈ ਸੀ। ਅੱਛਾ ਦਿਲਜੀਤ ਭਾਜੀ ਨੇ ਇੱਕ ਇੰਟਰਵਿਊ 'ਚ ਅਨਾਊਂਸ ਕਰਤੀ ਸੀ 2014 'ਚ। ਅੱਛਾ ਉਸ ਐਲਬਮ ਦਾ ਨਾਂ ਸੀ ਟੈਂਪਟੇਸ਼ਨ। ਓਕੇ ਤੇ ਅੱਜ ਵੀ ਜੇ ਤੁਸੀਂ ਸਰਚ ਕਰੋਗੇ JSL ਦਿਲਜੀਤ ਟੈਂਪਟੇਸ਼ਨ ਉਹ ਅੱਜ ਵੀ ਆਰਟੀਕਲ ਹੈਗਾ ਆ। ਅੱਛਾ ਉਹ ਸਿਰਫ ਡ੍ਰੌਪ ਇਸ ਕਰਕੇ ਹੋਈ ਕਿਉਂਕਿ ਦਿਲਜੀਤ ਭਾਈ ਕਹਿੰਦੇ ਵੀ ਜਿਹੜਾ ਮਿਊਜ਼ਿਕ ਆ ਭਾਈ ਮੈਨੂੰ ਲੱਗਦਾ ਵੀ ਜ਼ਿਆਦਾ ਫਿਊਚਰਿਸਟਿਕ ਹੈ ਵੀ ਅੱਜ ਦਾ ਮਿਊਜ਼ਿਕ ਨਹੀਂ ਹੈਗਾ ਐਟਲੀਸਟ 10 ਸਾਲ ਅੱਗੇ ਦਾ ਮਿਊਜ਼ਿਕ ਆ। ਅੱਛਾ ਤੇ ਉਹ ਗਾਣੇ ਮੇਰੇ ਕੋਲ ਅੱਜ ਵੀ ਪਏ। ਕਿਆ ਬਾਤ ਹੈ ਕਿਆ ਬਾਤ ਹੈ। ਉਹ ਬਾਕੀ ਉਹ ਵਾਲੇ ਗਾਣੇ ਨੇ ਟ੍ਰੈਪ ਸੌਂਗ ਜਿਹੜੇ ਅੱਜ ਚੱਲ ਰਹੇ ਆ ਉਹ ਉਸ ਟਾਈਮ ਉਹ ਬਣਾਇਆ ਹੋਇਆ ਸੀ ਅਸੀਂ। ਕਿਆ ਬਾਤ ਹੈ ਅੱਜ ਉਹ ਟ੍ਰੈਪ ਸੌਂਗ ਹਿੱਟ ਨੇ। ਇਹ ਬਿਲਕੁਲ ਮੈਂ ਸਹਿਮਤ ਹਾਂ ਜੀ ਜਿਹੜੇ ਤੁਸੀਂ ਗੱਲਾਂ ਕਰਦੇ ਗੱਲ ਕਰ ਰਹੇ ਹੋ ਵੀ ਉਸ ਟਾਈਮ ਜਿਹੜਾ ਮਿਊਜ਼ਿਕ ਬਣਾਇਆ ਉਹ ਸੀਗਾ ਥੋੜ੍ਹਾ ਜਿਹਾ ਅੱਗੇ ਦਾ ਤਾਂ ਉਹ ਅੱਜ ਵੀ ਅਸੀਂ ਸੁਣ ਲਈ ਤਾਂ ਅੱਜ ਵੀ ਇੱਦਾਂ ਲੱਗਦਾ ਨਹੀਂ ਯਾਰ ਇਹ ਦੌਰ ਆ ਇਹ ਤਾਂ ਹੁਣ ਸ਼ੁਰੂ ਹੋਇਆ। ਹਾਂਜੀ ਹਾਂਜੀ ਉਹ ਬਸ ਉਹ ਫਿਊਜ਼ਨ ਆਇਆ ਜਿਵੇਂ ਤੇਰੀ ਭਾਬੀ ਹੈ ਜਿਹੜਾ ਸੀਗਾ ਗਾਣਾ ਨਿੰਜੇ ਵੀਰ ਦਾ ਹਾਂ ਜਿਹੜਾ ਆਪਾਂ ਗਾਣਾ ਬਣਾਇਆ ਹੁਣ ਉਹ ਤੇਰੀ ਭਾਬੀ ਹੈ ਇੱਕ ਜਿਹੜਾ ਮੈਂ ਬਣਾਇਆ ਹੋਇਆ ਸੀ ਸਕਰੈਚ ਉਹ ਬੜਾ ਅਰਬਨ ਸੀ। ਅੱਛਾ ਉਹ 'ਚ ਰੈਪ ਸੀ ਇੱਕੇ ਦਾ ਤੇ ਆਪਾਂ ਬੈਕ ਜਿਹੜਾ ਸਟੂਡੀਓ ਬਣਾਇਆ ਫਿਰ ਨਿੰਜਾ ਆ ਗਿਆ ਨਿੰਜਾ ਕਹਿੰਦਾ ਭਾਜੀ ਮੈਨੂੰ ਵਾਈਬ ਬਹੁਤ ਵਧੀਆ ਲੱਗਦੀ ਮੈਂ ਕਿਵੇਂ ਫਿੱਟ ਹੋਊਂਗਾ ਇਹਦੇ 'ਚ। ਫਿਰ ਆਪਾਂ ਸੋਚਿਆ ਵੀ ਸਭ ਤੋਂ ਪਹਿਲਾਂ ਮੇਨ ਸੀਨ ਹੁੰਦਾ ਸਭ ਤੋਂ ਪਹਿਲਾਂ ਨਾ ਇੱਕ ਵੀਡੀਓ ਦਿਮਾਗ 'ਚ ਆਉਂਦਾ ਜਦੋਂ ਆਪਾਂ ਗਾਣਾ ਬਣਾਉਂਦੇ ਹਾਂ। ਫਿਰ ਆਪਾਂ ਸੋਚਿਆ ਵੀ ਦੋ ਮੁੰਡੇ ਆ ਇੱਕ ਕੁੜੀ ਪਿੱਛੇ ਤੇ ਇੱਕ ਫੋਕ ਬੰਦਾ ਹੈ ਇੱਕ ਮਾਡਰਨ ਬੰਦਾ ਹੈ ਉਹ ਆਪਣੇ ਤਰੀਕੇ ਨਾਲ ਅਪਰੋਚ ਕਰ ਰਿਹਾ ਇਹ ਆਪਣੇ ਤਰੀਕੇ ਦੇ ਨਾਲ ਅਪਰੋਚ ਕਰ ਰਿਹਾ ਇਟਸ ਲਾਈਕ ਅ ਮਿਨੀ ਮੂਵੀ। ਜਦੋਂ ਮਿਊਜ਼ਿਕ ਸੌਰੀ ਤੁਹਾਡੀ ਗੱਲ ਕਰਦਾ ਜਦੋਂ ਤੁਸੀਂ ਮਿਊਜ਼ਿਕ ਬਣਾਉਂਦੇ ਹੋ ਸਕ੍ਰਿਪਟ ਤੁਹਾਡੇ ਮਾਈਂਡ 'ਚ ਚੱਲਦੀ ਹੁੰਦੀ ਹੈ ਵੀ ਇਦਾਂ ਦਾ ਫੀਲ ਹੋਣਾ 100% ਪਰ ਆ ਚੀਜ਼ ਹੁੰਦੀ ਆ ਕਿਉਂਕਿ ਅਸੀਂ ਤਾਂ ਦੇਖੋ ਅਸੀਂ ਐਂਟਰਟੇਨਮੈਂਟ ਵਾਸਤੇ ਹੀ ਆ ਐਂਟਰਟੇਨ ਕਰਨਾ ਲੋਕਾਂ ਨੂੰ ਤੇ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਐਂਡ ਪੁਆਇੰਟ ਹੋਣਾ ਚਾਹੀਦਾ। ਬਿਲਕੁਲ ਵੀ ਇਹ ਬਣ ਕੀ ਰਿਹਾ ਇਹ ਨਹੀਂ ਵੀ ਖਲਾਰਾ ਜਿਹਾ ਪੈ ਗਿਆ ਜੋ ਵੀ ਚੀਜ਼ ਬਣ ਰਹੀ ਹੈ ਉਹ ਕਿਸ ਚੀਜ਼ ਦੇ ਉੱਤੇ ਬੇਸਡ ਹੈ ਤੇ ਕਈ ਸੈਡ ਸੌਂਗ ਹੁੰਦੇ ਆ ਉਹ ਵੀ ਸੈਡ ਸੌਂਗ ਵੀ 36 ਤਰੀਕੇ ਦੇ ਹੁੰਦੇ ਆ ਅੱਡ ਤਰੀਕੇ ਦੇ ਕੋਈ ਹਾਰਟ ਬ੍ਰੇਕ ਵਾਸਤੇ ਕਿਸੇ ਦੀ ਕੁੜੀ ਭੱਜ ਗਈ ਕਿਸੇ ਦਾ ਉਹ ਮੁੰਡੇ ਨੇ ਆਪਣੀ ਗਲਤੀ ਨਾਲ ਹੋਇਆ ਕਿਸੇ ਦੇ ਵਿਚਾਰੇ ਦਾ ਦੁਨੀਆ ਤੇ ਨਹੀਂ ਰਿਹਾ ਉਹ ਵੀ ਸੈਡ ਹੈ ਉਹ ਵੀ ਸੈਡ ਹੈ ਤੇ ਡਿਫਰੈਂਟ ਕਾਈਂਡ ਆਫ ਸੈਡ ਸੌਂਗ ਤੇ ਹਰ ਕਿਸੇ ਦੀ ਇੱਕ ਸਟੋਰੀ ਆ ਉਹ ਸਟੋਰੀ ਜੇ ਤੁਸੀਂ ਬਣਾਓਗੇ ਤਾਂ ਮੈਨੂੰ ਲੱਗਦਾ ਵੀ ਕਨੈਕਟ ਜ਼ਿਆਦਾ ਛੇਤੀ ਹੋ ਜਾਂਦਾ ਤੇ ਇਹ ਵੀ ਇਹੀ ਸੀਗਾ ਵੀ ਦੋ ਮੁੰਡੇ ਆ ਵੀ ਇੱਕ ਮੁੰਡਾ ਰੈਪ ਦੇ ਹਿਸਾਬ ਨਾਲ ਕਰ ਰਿਹਾ ਕਨੈਕਟ ਤੇ ਦੂਜਾ ਬੰਦਾ ਜਿਹੜਾ ਉਹ ਆਪਣੇ ਫੋਕ ਦੇ ਨਾਲ ਕਰ ਰਿਹਾ ਤਾਂ ਉਧਰ ਅਸੀਂ ਫਿਰ ਬੋਲੀਆਂ ਲੈ ਕੇ ਆਏ ਰੈਪ ਦੇ ਨਾਲ ਮੈਂ ਰਾਤ ਦੀ ਸੁਣਦਾ ਸੀ ਉਹ ਬਹੁਤ ਡਿਫਰੈਂਟ ਚੀਜ਼ ਸੀਗੀ ਲੋਕਾਂ ਲਈ ਵੀ ਹੋਰ ਉਹਨੇ ਲੋਕਾਂ ਨੂੰ ਬਹੁਤ ਪਸੰਦ ਕੀਤਾ। ਅੱਛਾ ਕੀਤਾ ਮੈਂ ਆਪਣਾ ਸੀਗਾ ਜੁਆ ਹੀ ਅੱਛਾ ਸੀਗਾ ਐਕਸਪੈਰੀਮੈਂਟਲ ਹੀ ਵੀ ਉਸ ਟਾਈਮ ਵੀ ਪਤਾ ਨਹੀਂ ਲੋਕੀ ਪਸੰਦ ਕਰਨਗੇ ਪਰ ਇਹ ਵੀ ਮੈਨੂੰ ਲੱਗਦਾ ਵੀ ਕਿਰਪਾ ਹੀ ਹੁੰਦੀ ਆ ਉੱਪਰ ਵਾਲੇ ਦੀ ਵੀ ਤੁਸੀਂ ਕਨੈਕਟ ਕਰ ਪਾਉਂਦੇ ਹੋ
क्योंकि हिट बंदा ताई हुंदा है जे लोग तुहानू पसंद करते हैं, तुहाडे नाल कनैक्ट करते हैं, तुहाडे नाल वाइब करते हैं, तां तुसीं हिट हुंदे हो। भाजी बहुत गाने वो हिट होंगे जिन्हों जिन्होंने सिर्फ ट्राई करके वेख देंगे भी यार शायद ये चीज ट्राई करके वेख। हाँ जी हाँ जी मोस्टली वो गाने हिट हुए हैं। बिल्कुल थोड़े ना चीज़ कदम हुई जी गाने सोचा भी यार ट्राई करके वेखते हैं शायद कितना तो बनो। जिंदगी सारे ट्राई से। अच्छा जी जेडे भी मैं किए मेरी जिंदगी का पहला गाना जो मैं आप गाया वो वर्कआउट से जिन्होंने चार बंद ने रिजेक्ट करता से आप नहीं कर सकते। अच्छा मैं ठीक है जी मैं कर लूंगा तो वह गाना बिल्कुल ही डिफरेंट है पंजाबी उस टाइम यह जहा गाना हूँ मतलब काका अमेजिंग आर्टिस्ट काका वीर अपना वह जो गाने कर रहे हैं वह उस टाइप के गाने ने। बिल्कुल तो वह उधर मैं किया हालांकि उस टाइम मैं लगता भी वह मैं ज्यादा अगे वह 15-20 साल पर भी चाहन वाले है जिन्ना ज्यादा कनेक्ट करोगे कनेक्ट कर पाओगे उन्ना ज्यादा ਮੈਨੂੰ ਲੱਗਦਾ ਵੀ ਚੀਜ਼ ਸਪਰੈਡ ਹੋ ਜਾਂਦੀ ਹੈ। ਬਿਲਕੁਲ ਤੇ ਜਿੰਨੀ ਕਨੈਕਸ਼ਨ ਘੱਟ ਰਹਿ ਜਾਂਦਾ ਫਿਰ ਉਹ ਚੀਜ਼ ਕਹਿੰਦੇ ਵੀ ਅਸੀਂ ਚੱਲੀ ਵੀ ਉਹਦੇ ਸੁਣਨ ਨਾਲ ਜਿਹੜੇ ਸੀ ਉਹ ਘੱਟ ਸੀ। ਸੋ ਇਹ ਤਾਂ ਸਾਰਾ ਇਸ ਚੀਜ਼ ਦਾ ਹਿਸਾਬ ਆ। ਤੁਹਾਡਾ ਪਹਿਲਾਂ ਤੁਸੀਂ ਸ਼ੀਲਡ 'ਚ ਆਏ ਸੀਗੇ ਭਾਜੀ ਤੁਸੀਂ ਮਿਊਜ਼ਿਕ ਤੋਂ ਆਏ ਹੋ ਤੇ ਸਿੰਗਿੰਗ ਤੁਸੀਂ ਬਾਅਦ 'ਚ ਸ਼ੁਰੂ ਕੀਤੀ। ਹਾਂਜੀ 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 ਮੋਸਟਲੀ ਨਹੀਂ ਇੱਦਾਂ ਵੀ ਸਿੰਗਰ ਹੁੰਦਾ ਫਿਰ ਬਾਅਦ 'ਚ ਮਿਊਜ਼ਿਕ ਕਰਨ ਲੱਗਦੇ। ਮੈਂ ਸਿੰਗਿੰਗ ਕਰਨੀ ਸੀ ਵੀਰੇ। ਅੱਛਾ ਮੈਂ ਮਿਊਜ਼ਿਕ 'ਚ ਬਹੁਤ ਖੁਸ਼ ਸੀ। ਅੱਛਾ ਮੈਂ ਕੰਪੋਜੀਸ਼ਨ ਬਣਾਉਂਦਾ ਸੀ। ਹਾਂ ਤੇ ਕੰਪੋਜ਼ ਮੇਰੇ ਅੱਜ ਵੀ ਜੇ ਮੈਂ ਆਪਣੇ ਆਪ ਨੂੰ ਰੇਟ ਕਰਾਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਕੰਪੋਜ਼ਰ ਦੇਖਦਾ। ਓਕੇ ਫਿਰ ਮੈਂ ਮਿਊਜ਼ਿਕ ਪ੍ਰੋਡਿਊਸਰ ਦੇਖਦਾ। ਕੰਪੋਜ਼ਰ ਹੁੰਦਾ ਜਿਹੜਾ ਟਿਊਨ ਬਣਾਉਂਦਾ। ਬਿਲਕੁਲ ਕੰਪੋਜੀਸ਼ਨ ਬਣਾਉਂਦਾ। ਮਿਊਜ਼ਿਕ ਪ੍ਰੋਡਿਊਸਰ ਹੁੰਦਾ ਜਿਹੜਾ ਮਿਊਜ਼ਿਕ ਬਣਾਉਂਦਾ ਬੀਟਾਂ ਬਣਾਉਂਦਾ ਫਿਰ ਉਹ ਤੋਂ ਬਾਅਦ ਹੋ ਗਿਆ ਤੁਹਾਡਾ ਲਿਰਿਸਿਸ ਫਿਰ ਉਹ ਤੋਂ ਬਾਅਦ ਹੋ ਗਿਆ ਸਿੰਗਰ ਤਾਂ ਮੈਂ ਸਭ ਤੋਂ ਪਹਿਲਾਂ ਕੰਪੋਜ਼ਰ ਹਾਂ ਜੀ ਉਹ ਤੋਂ ਬਾਅਦ ਮੈਂ ਪ੍ਰੋਡਿਊਸਰ ਹਾਂ ਫਿਰ ਮੈਂ ਸਿੰਗਰ ਹਾਂ। ਅੱਛਾ ਔਰ ਸਿੰਗਰ ਵੀ ਮੈਂ ਤਾਂ ਹਾਂ ਕਿਉਂਕਿ ਮੇਰੇ ਤੁਸੀਂ ਗੁਰੂ ਜੀ ਕਹਿ ਲਓ ਜਾਂ ਮੇਰੇ ਮੈਂਟੋਰ ਕਹਿ ਲਓ ਡੈਜ਼ ਸਟੀਰੀਓ ਨੇਸ਼ਨ ਭਾਜੀ। ਅੱਛਾ ਸੀਗੇ ਹੁਣ ਦੁਨੀਆਂ ਦੇ ਹੈ ਨਹੀਂ ਰੈਸਟ ਇਨ ਪੀਸ ਭਾਜੀ ਦੀ ਭਾਜੀ ਨੂੰ ਅਤੇ ਉਹਨਾਂ ਨਾਲ ਮੈਂ ਰਿਹਾ 2-3 ਸਾਲ ਤਾਂ ਇੱਕ ਗੀਤ ਇਹੋ ਜਿਹਾ ਸੀ ਜਿਹੜਾ ਮੈਂ ਬਣਾਇਆ ਹੋਇਆ ਸੀ ਜਾਂ ਮੇਰੀ ਬਣ ਜਾ ਉਹ ਮੈਂ ਭਾਜੀ ਨੂੰ ਗਿਫਟ ਕੀਤਾ ਵੀ ਭਾਜੀ ਆ ਮੈਂ ਬਣਾਇਆ ਗਾਇਆ ਤਾਂ ਮੈਂ ਆ ਪਰ ਇਹ ਪਲੀਜ਼ ਤੁਸੀਂ ਗਾਓ। ਅੱਛਾ ਉਹ ਕਹਿੰਦੇ ਤੂੰ ਬਹੁਤ ਸੋਹਣਾ ਗਾਇਆ ਤੈਨੂੰ ਗਾਣਾ ਚਾਹੀਦਾ ਮੈਂ ਭਾਜੀ ਮੈਂ ਤਾਂ ਗਾਉਂਦਾ ਹੀ ਨਹੀਂ। ਹਾਂ ਕਹਿੰਦਾ ਕਿਹਨੇ ਗਾਇਆ ਅੱਛਾ ਤੂੰ ਤਾਂ ਗਾਇਆ। ਬਿਲਕੁਲ ਤੇ ਉਹ ਵੀ ਇਹੋ ਜਿਹੇ ਸੀਗੇ ਉਹ ਇੰਨੇ ਵੱਡੇ ਆਰਟਿਸਟ ਨੱਚਾ ਗਏ ਸਾਰੀ ਰਾਤ ਗੱਲਾਂ ਗੋੜੀਆਂ ਉਹ ਕਹਿੰਦੇ ਮੈਂ ਕਿਹੜਾ ਸਿੱਖਿਆ ਉਹਨਾਂ ਨੇ ਨੀ ਸਿੱਖਿਆ ਸੀ ਕਦੇ ਉਹ ਸੀਗੇ ਪਹਿਲਾਂ ਜਿਹੜੇ ਮੈਂ ਮੈਨੂੰ ਪੁੱਛ ਕੀਤਾ ਫਿਰ ਉਹ ਤੋਂ ਬਾਅਦ ਜਿਹੜੇ ਵੀ ਮੇਰੇ ਜ਼ਿੰਦਗੀ 'ਚ ਆਏ ਦਲਜੀਤ ਭਾਜੀ ਆਏ ਹਿੰਕਾ ਆਇਆ ਜੋ ਵੀ ਹੋਰ ਆਰਟਿਸਟ ਆਏ ਉਹਨਾਂ ਨੂੰ ਹੁਣ ਡਮੀਆਂ ਤਾਂ ਮੈਂ ਹੀ ਬਣਾਉਣੀਆਂ ਸੀਗੇ ਜਦੋਂ ਆਪਾਂ ਸਟੂਡੀਓ 'ਚ ਬਣਾਉਂਦੇ ਜੀ ਗਾਣੇ ਤਾਂ ਉਹ ਮੈਂ ਬਣਾਉਣੇ ਉਹ ਕਹਿੰਦੇ ਵੀ ਤੁਸੀਂ ਆਪ ਵੀ ਜ਼ਰੂਰ ਪਲੀਜ਼ ਗਾਣੇ ਕਰੋ ਫਿਰ ਉਹੀ ਹੈ ਵੀ ਬੇਇੰਗ ਅ ਮਿਊਜ਼ਿਕ ਡਾਇਰੈਕਟਰ ਮੈਨੂੰ ਇਹ ਲੱਗਦਾ ਕਿ ਜਿਵੇਂ ਇੱਕ ਬੇਇੰਗ ਡੀ ਓ ਪੀ ਜਾਂ ਬੇਇੰਗ ਡਾਇਰੈਕਟਰ ਇੱਕ ਬੰਦੇ ਨੂੰ ਹੁੰਦਾ ਨਾ ਵੀ ਇੱਕ ਇਸ ਐਕਟਰ ਨੂੰ ਵੀ ਇਹ ਵਾਲਾ ਰੋਲ ਬਹੁਤ ਚੰਗਾ ਨਿਭਾ ਸਕਦਾ ਜੀ ਤਾਂ ਉਹ ਚੀਜ਼ ਆਪਾਂ ਉਹਨੂੰ ਦਈਏ ਤਾਂ ਮੈਂ ਫਿਰ ਗਾਣੇ ਵੀ ਉਸ ਤਰੀਕੇ ਦੇ ਚੂਜ਼ ਕੀਤੇ ਵੀ ਜਿਹੜੀ ਮੇਰੀ ਵੋਕਲ ਨੂੰ ਜ਼ਿਆਦਾ ਸੂਟ ਕਰਦੇ ਜਾਂ ਜਿਹੜੇ ਮੈਂ ਨਿਭਾ ਸਕਦਾ ਮੈਨੂੰ ਐ ਲੱਗਦਾ ਜੇ ਤੁਸੀਂ ਦੇਖੋਗੇ ਤਾਂ ਮੇਰੇ ਗਾਣੇ ਬਹੁਤ ਟੇਢੇ ਆ ਡਿਫਰੈਂਟ ਜੇ ਗਾਣੇ ਆ ਕੁਛ ਇਹ ਵੀ ਕਹਿ ਸਕਦੇ ਵੀ ਜਿਹੜੇ ਲੋਕਾਂ ਨੇ ਨਹੀਂ ਕੀਤੇ ਦੂਜੇ ਸਿੰਗਰ ਉਹ ਤੁਸੀਂ ਕਰ ਲਏ ਓਦਾਂ ਦਾ ਹਿਸਾਬ ਕਿਤਾਬ ਰਿਹਾ। ਕਦੇ ਏਦਾਂ ਹੋਇਆ ਭਾਜੀ ਡੰਮੀ ਬਣਾਈ ਹੋਵੇ ਆਪਣਾ ਨਾ ਦਿਲ ਵੀ ਮਨ ਹੋਵੇ ਕਿਸੇ ਲਈ ਗਾਣਾ ਬਣਾਇਆ ਨਹੀਂ ਯਾਰ ਕਾਸ਼ ਇਹ ਗਾਣਾ ਮੇਰੇ ਲਵਾਇਆ ਕੋਈ ਏਦਾਂ ਦਾ ਕੋਈ ਹੋਇਆ ਤੁਹਾਡੇ ਨਾਲ ਇਹ ਚੀਜ਼ ਏਦਾਂ ਹੋਇਆ ਵੀ ਹੈ ਪਰ ਇਹ ਚੀਜ਼ ਸਾਈਡ ਰੱਖਣੀ ਪੈਂਦੀ ਹੈ ਕਿਉਂਕਿ ਦੇਖੋ ਜੀ ਮੇਨ ਤਾਂ ਆਪਣਾ ਮੇਨ ਤਾਂ ਮਿਊਜ਼ਿਕ ਡਾਇਰੈਕਸ਼ਨ ਦਾ ਹੀ ਹੈ। ਬਿਲਕੁਲ ਬਿਲਕੁਲ ਕੰਮ ਤੇ ਇੱਕ ਵਾਰ ਇਹਦਾ ਦਿਲਜੀਤ ਭਾਈ ਨਾਲ ਵੀ ਹੋ ਗਿਆ ਦਿਲਜੀਤ ਭਾਈ ਥੋੜ੍ਹਾ ਨਾਰਾਜ਼ ਹੋ ਗਿਆ ਸੀ। ਕਿਹੜਾ ਗਾਣਾ ਸੀਗਾ ਉਹ ਗਾਣਾ ਹਾਲੇ ਤੱਕ ਆਇਆ ਨਹੀਂ। ਅੱਛਾ ਉਹ ਗਾਣਾ ਆਏਗਾ ਉਹ ਮੇਰੇ ਕੋਲ ਆ ਗਾਣਾ। ਅੱਛਾ ਤਾਂ ਉਹ ਮੇਰੇ ਦਿਲ ਦੇ ਬਹੁਤ ਕਰੀਬ ਆ ਤਾਂ ਆਪਾਂ ਉਸ ਟਾਈਮ ਕੀ ਕਰਦੇ ਹੁੰਦੇ ਸੀ ਮੁਖਤਿਆਰ ਚੱਡਾ ਦਾ ਸ਼ੂਟ ਚੱਲਦਾ ਜੀ ਦਿੱਲੀ ਤਾਂ ਜਦੋਂ ਭਾਈ ਨੇ ਜਾਣਾ ਸ਼ੂਟ ਕਰਨ ਉਹਨੇ ਰਾਤ ਨੂੰ 7 ਵਜੇ ਉਹਨੇ ਮੇਰੇ ਘਰ ਆ ਜਾਣਾ। ਅੱਛਾ 7-8 ਵਜੇ ਨੂੰ ਮੇਰੇ ਫਿਰ ਆਪਾਂ ਰੋਟੀ ਖਾਣੀ ਦੋਵੇਂ ਇਕੱਠੇ ਬਹਿ ਕੇ ਫਿਰ ਆਪਾਂ ਪੂਰੀ ਰਾਤ ਉੱਥੇ ਕੰਮ ਕਰਨਾ ਮੈਂ ਇੱਕਾ ਤੇ ਦਲਜੀਤ ਬਾਈ ਤਿੰਨਾਂ ਨੇ ਬਹਿ ਕੇ ਆਪਾਂ ਕੰਮ ਕਰਨਾ ਗਾਣੇ ਗੁੜੇ ਬਣਾਉਣੇ ਰੋਜ਼ ਆਪਾਂ ਇੱਕ ਗਾਣਾ ਬਣਾਉਣਾ ਏਦਾਂ ਦਾ ਹਿਸਾਬ ਸੀ। ਅੱਛਾ ਰੋਜ਼ ਆਪਾਂ ਇੱਕ ਗਾਣਾ ਬਣਾਉਣਾ ਹੀ ਬਣਾਉਣਾ ਤਾਂ ਉਸ ਟਾਈਮ ਆਪਾਂ ਬਹੁਤ ਸਾਰੇ ਗਾਣੇ ਬਣਾਏ ਤਾਂ ਇੱਕ ਵਾਰੀ ਦਲਜੀਤ ਭਰਾ ਥੋੜ੍ਹਾ ਲੇਟ ਹੋ ਗਿਆ ਤਾਂ ਮੈਂ ਇੱਕਾ ਬੈਠੇ ਸੀ ਮੈਂ ਚੱਲ ਯਾਰ ਆਪਾਂ ਕੁਛ ਜੈਮ ਕਰਦੇ ਹਾਂ। ਅੱਛਾ ਤਾਂ ਆਪਾਂ ਇੱਕ ਗਾਣਾ ਬਣਾ ਲਿਆ ਉਹ ਗਾਣਾ ਗਾਣਾ ਸੋਹਣਾ ਬਣ ਗਿਆ। ਅੱਛਾ
जो चीज वधिया कुछ नवा बन जाएगा नहीं तो जरा बनिया तो बनिया ही होया कुछ नवी चीज बन जाए मैं आप हले नहीं सुनावांगे पर पहला बनावांगे कुछ फिर सुनावांगे उदन कुछ बनिया ही नहीं जी चीज बनी इनी खास नहीं सी। अच्छा फिर की हुंदा सी भज के आउंदे सी आपां रोटी खानी गाने बनाउणे फिर मैं उन्होंने छड्डन जाणा उहदे होटल ये रोज दा हिसाब सी। अच्छा जदों मैं छड्डन जा रहा पिछो आवाज आई ओ भाजी छड्डो यार ओ गाना लाओ जिहड़ा आपां बनाया मैं कहा इक्के मैं केड़ा गाना भाई जिहड़ा उहने बनाया आपां छापी। अच्छा दिलजीत भाई मैनू देख रहे तुसीं गाना बना लिया भाजी तुसीं मैनू दस्सिया नहीं। अच्छा बड़ा एक भाई यार तुम्हें यही लगता कि मैं थोड़ा गाना ले लूंगा। अच्छा भाई मैं मैं भी खुशी होगी तो मैं नहीं यार अपना ही गाना थोड़े लिए बनाया मतलब एक जी तुम गल कही है कद मैं कहीं शेयर नहीं की बिल्कुल ये तुम अज कही तो मैं गल याद आ गई तो बाकी इदा का होया फिर उस रात मैं लग्या यार भी चीज का चा भी होंगे तो इदा यार ये चीज नाराज ना हो जाए फिर बथेरा काम किया चीज चलती रही मैनू मतलब बीइंग अ म्यूजिक डायरेक्टर अपनी चीज है जो कोई साडे कोल आया भी ओनू चीज ओनू प्रथम ओनू पहला रखना प्राइमरी ओ आ बिलकुल असी सेकेंडरी है बिलकुल जे ये नहीं रखांगे भाई फिर अगे नहीं बढ़ सकते बिल्कुल जिम्मे अजकल कई अजे लिरिसिस्ट भी है जेडे पहला लिरिसिस्ट थे फिर वो सिंगर बने हैं तो उन्हां कोल काम ऑटोमैटिकली घट हो जाता है। देखो तुसी भावे तुसी वधिया तो वधिया चीज भी दो सिंगर नूं पर सिंगर नूं ये लगन लग जांदा वी यार ये वधिया चीज ना अपने रखूगा किसी भी चीज का हो नैचुरल ह्यूमन इंस्टिंक्ट है बिलकुल भी यार आ जी चीज ये बंदा मैं लगता भी चंगे गाने अपने लिए रख लूगा मैं नहीं दूंगा भावे जिन्हें मर्जी चंगे गाने दे दे ना तुम भाई ये चीज हो जाती है इस करके मैं अपना जोन थोड़ा डिफरेंट रखे बिल्कुल मैं वो मेन पंजाबी शायद अपने आप नहीं बनया पता नहीं उपर वाले की कृपा सी भी इदा हो आप रेलीवेंट रहे वो वाली चीज सी दिलजीत भाई का ना काम करने का स्टाइल सारे तो अलग है मैं तो लगता हर एक चीज बहुत एक चाम करते पैशन बहुत भाई देखो काम जो स्कूल च नहीं बंदा पढ़ता धक्के बनाते हैं बिलकुल एक्सपीरियंस बनाते हैं मैं दिलजीत भाई की अज भी गल याद है जिड़ी मैं तुहानू भी कहना चाहूंगा वो हर एक बंदे दे बिजनेस च या काम च वो काम आएगी वो गल ये है भी करना की है ये सारे नू पता भाजी पर की करना नहीं ना ये बहुत घट बंदे नू पता बिलकुल भाजी की नहीं करना की नहीं करना ये उन्होंने जो मेरी गल आप जो करते होंगे एक्सपीरियंस है भाजी एक्सपीरियंस बोलता है ये उन्होंने मैंने दसिया मैं अपलाई भी किया अपने करियर से। अच्छा 2013 तो बाद जो तो बाद जो काम हो आप कोशिश वही की वो करिए जेड़ा नहीं करना उन्होंने पहला रखिए भी आ चीज नहीं करनी बाकी जो करना वो बाद च करो बाद च करो वो करो शायद यही कारण है कि बहुत सारे म्यूजिक प्रोड्यूसर म्यूजिक डायरेक्टर इस लाइन तो आउट हो गए बहुत हिट गाने दिते जिदा मैं कहा कि दौर हों मैं लगता म्यूजिक डायरेक्टर का एक दौर हों जूस भाजी अज भी रेलीवेंट है देख बहुत घट मतलब मैं सारे की गल नहीं करता ये तो भाई देखो सारी गल मैं ये लगता भी बनाने वाला स्रोते है हिट बनाने वाले सुपर हिट बनाने वाले फ्लॉप बनाने वाले कुछ भी करना ये सिर्फ वर्ड है भाई मेन गल यही है जे तुसी एंटरटेनमेंट प्रोवाइड करी जाओगे तो उन्होंने लोग सुनी जाएंगे जिथे तुसी कहा भी तुसी मेन हो तुसी प्राइमरी हो तो वह सेकेंडरी ने सुनने वाले भी मैनू तो सुनी लगे लोगों ने भी ऐसी हाँ जो बनाने वाले हैं भाई आप जो दवा सुनी जाएंगे बिल्कुल नहीं भाई फिर तुसी जीरो तुसी क्या पांच साल दस साल एक बंदे दी एक दौर चेंज होता एक दौर चेंज होता एक टाइम सी भाई दस साल सी एक टाइम सी फिर पांच साल होया आज दे टाइम मैनूं लगदा 15 सैकेंड है भाजी बिल्कुल तुसी केड़ी रील 15 सैकेंड तो उपर देख लोगे और गाने देखो किन्ने आ रहे हैं अज दे टाइम चीजा बहुत फास्ट ने
ਮੇਨ ਗੱਲ ਉਹ ਹੈ ਜੇ ਜੋ ਲੋਕਾਂ ਨੂੰ ਚਾਹੀਦਾ ਜੇ ਤੁਸੀਂ ਪ੍ਰੋਵਾਈਡ ਕਰਾਈ ਜਾਓਗੇ ਤਾਂ ਠੀਕ ਆ ਤੁਸੀਂ ਡਿਸਪਲਿਨ ਲੈਣੀ ਹੈ ਤੁਸੀਂ ਕੈਮਿਸਟ ਦੇ ਕੋਲ ਗਏ ਉਹਨੇ ਕਿਹਾ ਮੇਰੇ ਕੋਲ ਅੱਜ ਨਹੀਂ ਕੱਲ੍ਹ ਲੈ ਲਈ ਤੁਸੀਂ ਵੇਟ ਕਰੋਗੇ ਡਿਸਪਲਿਨ ਕਿਸੇ ਹੋਰ ਉਦੋਂ ਕਿਸੇ ਹੋਰ ਲੈ ਚੱਲ ਤੁਸੀਂ ਕਿਸੇ ਹੋਰ ਕੈਮਿਸਟ ਕੋਲ ਜਾਓ ਉਦੋਂ ਲੈ ਲਓਗੇ ਬਾਕੀ ਤੁਸੀਂ ਵੇਟ ਥੋੜ੍ਹੀ ਕਰੋਗੇ ਭਾਅ ਜੀ ਭਾਈ ਗਾਣੇ ਦੀ ਕੋਈ ਲਾਈਫ ਨਹੀਂ ਲਈ ਅਸੀਂ ਅਸੀਂ ਰੀਲਾਂ ਸਕਰੋਲ ਕਰਦੇ ਹਾਂ ਆਪਾਂ ਨੂੰ ਯਾਦ ਨਹੀਂ ਰਹਿੰਦਾ ਵੀ ਇੱਕ ਮਿੰਟ ਪਹਿਲਾਂ ਆਪਾਂ ਕਿਹੜੇ ਗਾਣੇ ਦੀ ਰੀਲ ਵੇਖੀ ਅਸੀਂ ਸਾਡਾ ਮੂਡ ਤੇ ਹੋ ਗਿਆ ਜੇ ਮੇਰਾ ਫਨੀ ਮੂਡ ਆ ਤਾਂ ਮੈਂ ਉਦਾਂ ਦੀ ਰੀਲ ਨੂੰ ਸੁਣੂੰਗਾ ਸੈਡ ਮੂਡ ਆ ਤਾਂ ਉਦਾਂ ਦੀ ਰੀਲ ਸੁਣੂੰਗਾ ਮਤਲਬ ਮੈਨੂੰ ਤਾਂ ਲੱਗਦਾ ਗਾਣੇ ਲਾਈਫ ਨਹੀਂ ਰਹੀ ਹੈਗੀ ਕਈ ਵਾਰੀ ਆਪਾਂ ਉਹ ਵੀ ਵਾਇਰਲ ਹੋ ਜਾਂਦੇ ਨੇ ਜਿਹੜੇ ਗਾਣੇ 20-20 ਸਾਲ 30-30 ਸਾਲ ਪੁਰਾਣੇ ਨੇ ਜਿਹਨਾਂ ਨੂੰ ਕਦੇ ਨਹੀਂ ਪੁੱਛਿਆ ਹਾਂਜੀ ਹਾਂਜੀ ਸਾਗਰ ਦੀ ਵੋਟੀ ਕਿਸੇ ਨੇ ਮਾਰ ਕੇ ਰੀਲਾਂ ਤੇ ਹਿੱਟ ਹੋ ਗਿਆ ਹਾਂ ਬਿਲਕੁਲ ਇਹ ਮੈਨੂੰ ਉਹੀ ਆ ਵੀ ਸਪਲਾਈ ਕਿਸੇ ਚੀਜ਼ ਦੀ ਜੇ ਜ਼ਿਆਦਾ ਹੋ ਜਾਵੇ ਤਾਂ ਫਿਰ ਥੋੜ੍ਹੀ ਜਿਹੀ ਉਹਦੀ ਕੀ ਕਹਿੰਦੇ ਆ ਬੁੱਕਤ ਕਹਿੰਦੇ ਆ ਬੁੱਕਤ ਉਹ ਘੱਟ ਜਾਂਦੀ ਹੈ ਟਿਪੀਕਲ ਸਪਲਾਈ ਜ਼ਿਆਦਾ ਹੋ ਜਾਵੇ ਪਰ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਚੰਗਾ ਟੈਲੈਂਟ ਬਾਹਰ ਆ ਰਿਹਾ ਮੈਂ ਦੇਖਿਆ ਮੈਂ ਇਹੋ ਜਿਹੇ ਬੰਦੇ ਜਿਹੜੇ ਬਹੁਤ ਟੈਲੈਂਟਡ ਬੰਦੇ ਬਿਨਾਂ ਜਿਹਨਾਂ ਕੋਲ ਪੈਸੇ ਨਹੀਂ ਸੀ ਮੈਂ ਆਪਣਾ ਪੂਰਾ ਜ਼ੋਰ ਲਾ ਲਿਆ ਕੰਪਨੀਆਂ ਕੋਲ ਵੀ ਉਹਨਾਂ ਨੂੰ ਪੁਸ਼ ਕਰਨ ਦਾ ਵੀ ਪਲੀਜ਼ ਇਹਨਾਂ ਨੂੰ ਸੁਣ ਲਓ ਕਿਸੇ ਕੰਪਨੀ ਨੇ ਕੁਛ ਨਹੀਂ ਕਰਿਆ ਉਹਨਾਂ ਦਾ ਬਿਲਕੁਲ ਉਹ ਵਿਚਾਰੇ ਜੇ ਅੱਜ ਦੇ ਦੌਰ 'ਚ ਹੁੰਦੇ ਤਾਂ ਉਹਨਾਂ ਦਾ ਬਹੁਤ ਕੁਛ ਹੋ ਸਕਦਾ ਸੀ ਜਿਹਨਾਂ ਨੇ 10 ਸਾਲ ਆਪਣੇ ਖਰਾਬ ਕਰ ਲਏ ਵਿਚਾਰੇ ਹੁਣ 40+ ਹੋ ਗਏ ਆ 50+ ਹੋ ਗਏ ਕਿਸੇ ਹੋਰ ਕੰਮ 'ਚ ਫਸੇ ਹੋਏ ਆ ਕਈ ਬਾਹਰ ਚਲੇ ਗਏ ਵਿਚਾਰੇ ਬਾਹਰ ਕੰਮ ਕਰ ਰਹੇ ਆ ਜਿਹੜੇ ਬਹੁਤ ਦਿੱਗਜ ਆਰਟਿਸਟ ਨੇ ਬਹੁਤ ਕਮਾਲ ਸਿੰਗਿੰਗ ਮੈਂ ਇਹ ਸਾਰੀ ਚੀਜ਼ਾਂ ਸਾਈਡ ਕਰਦਾ ਮੈਂ ਸਿਰਫ ਇੱਕੋ ਚੀਜ਼ ਕਹਿੰਦਾ ਵੀ ਆਹ ਜਿਹੜਾ ਰੀਲਸ ਆਇਆ ਜਾਂ ਜੋ ਵੀ ਆ ਪਲੈਟਫਾਰਮ ਹੈ ਇਹਨੇ ਉਹਨਾਂ ਲੋਕਾਂ ਨੂੰ ਇੱਕ ਪਲੈਟਫਾਰਮ ਦਿੱਤਾ ਵਾਕਈ ਤੇ ਮੈਂ ਇੱਕ ਹੋਰ ਚੀਜ਼ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਜਿਹੜਾ ਟੈਲੈਂਟਡ ਬੰਦਾ ਹੈ ਜੋ ਤਾਂ ਅੱਜ ਵੀ ਕੁਛ ਨਹੀਂ ਹੋਇਆ ਨਾ ਵੀਰੇ ਸਾਡੇ ਟਾਈਮ ਅਸੀਂ ਗੱਡੀਆਂ ਚ ਸੁਣਦੇ ਰਹੇ ਆ ਭਾਈ ਤੁਹਾਡੀ ਮੈਂ ਸਟਰਗਲ ਨੀ ਮੈਂ ਤੁਹਾਡੀ ਸੁਣੀ ਤੁਸੀਂ ਬਹੁਤ ਸਾਰੀ ਇੰਟਰਵਿਊ ਸੁਣੀ ਤੁਸੀਂ ਬਹੁਤਾ ਜ਼ਿਕਰ ਨਹੀਂ ਕਰਦੇ ਮੈਂ ਭਾਜੀ ਵੈਸੇ ਦਿੱਲੀ ਦਾ ਬੰਦਾ ਹਾਂਜੀ ਤੇ ਪਿੰਡ ਸਾਡਾ ਬੀਜਾ ਹੈ ਖੰਨੇ ਦੇ ਨਾਲ ਖੰਨੇ ਨਾਲ ਹਾਂਜੀ ਖੰਨੇ ਨਾਲ ਬੀਜਾ ਸਾਡਾ ਪਿੰਡ ਆ ਅੱਜ ਵੀ ਸਾਡਾ ਘਰ ਆ ਉੱਥੇ ਉਹ ਮੇਰੇ ਪੜਦਾਦਾ ਜੀ ਜਿਹੜੇ ਸੀਗੇ ਉਹ ਉੱਧਰ ਹੁੰਦੇ ਸੀਗੇ ਉਹਨਾਂ ਦਾ ਘਰ ਸੀਗਾ ਤੇ ਉਹਨਾਂ ਦੇ ਘਰੋਂ ਮੂਰਤੀ ਨਿਕਲੀ ਸੀਗੀ ਇੱਕ ਨੈਣਾ ਦੇਵੀ ਦੀ ਅੱਛਾ ਤੇ ਉਹਨਾਂ ਨੇ ਘਰ ਛੱਡਤਾ ਸੀ ਤੇ ਉਹ ਮੰਦਿਰ ਨੂੰ ਦਾਨ ਦੇ ਦਿੱਤਾ ਸੀ ਉਹਨਾਂ ਨੇ ਘਰ ਅੱਛਾ ਉਹ ਅੱਜ ਵੀ ਸਾਡਾ ਘਰ ਉੱਥੇ ਮੰਦਿਰ ਬਣਿਆ ਹੋਇਆ ਪਰ ਕਹਿੰਦੇ ਨਾ ਕਨੈਕਸ਼ਨ ਹੁੰਦਾ ਕਨੈਕਸ਼ਨ ਹੁੰਦਾ ਤਾਂ ਉਹ ਪੰਜਾਬ ਵਾਲਾ ਜਿਹੜਾ ਕਨੈਕਸ਼ਨ ਉਹ ਮੇਰੇ ਚ ਰਿਹਾ ਹਮੇਸ਼ਾ ਕੁਛ ਮੇਰੀ ਮਦਰ ਵੱਲੋਂ ਬਹੁਤ ਜ਼ਿਆਦਾ ਸੀਗਾ ਇਸ ਚੀਜ਼ ਦਾ ਉਹ ਸਿੰਗਿੰਗ ਚ ਮੇਰੀ ਮਦਰ ਜ਼ਿਆਦਾ ਹੈ ਅੱਛਾ ਮਤਲਬ ਉਹ ਗਾਉਂਦੇ ਨਹੀਂ ਪਰ ਮੇਰੇ ਨਾਨਾ ਜੀ ਜਿਹੜੇ ਨੇ ਉਹ ਢਾਡੀ ਹੁੰਦੇ ਸੀ ਮਤਲਬ ਉਹ ਗਾਉਂਦੇ ਹੁੰਦੇ ਸੀਗੇ ਔਨ ਐਂਡ ਜੀਨਸ ਕਹਿੰਦੇ ਨੇ ਕਿਤੇ ਨਾ ਕਿਤੇ ਨਾ ਟ੍ਰੈਵਲ ਆਦਾ ਉਧਰੋਂ ਕਿਤੇ ਨਾ ਕਿਤੇ ਮਿਊਜ਼ਿਕ ਮੇਰੇ ਚ ਵੜਿਆ ਨਹੀਂ ਤਾਂ ਮਿਊਜ਼ਿਕ ਚ ਮੇਰੇ ਕੋਈ ਦੂਰ ਦੂਰ ਤੱਕ ਨਹੀਂ ਅੱਛਾ ਸਾਡੀ ਫੈਮਿਲੀ ਚ ਫਿਰ ਜਦੋਂ ਮੇਰਾ ਆਹ ਕੰਮ ਸ਼ੁਰੂ ਹੋਇਆ ਜੀ ਟਾਇਰ ਸੈਲੂਨੇਸ਼ਨ ਮੈਂ ਬੰਬੇ ਜਾਂਦਾ ਰਿਹਾ ਪਹਿਲਾਂ 2009-10 ਤੋਂ ਲੈ ਕੇ 12 ਤੱਕ ਉਹਨਾਂ ਨਾਲ ਮੈਂ ਕੰਮ ਕੀਤਾ ਫਿਰ ਇੱਕ ਦਿਨ ਆਇਆ ਉਹਨਾਂ ਨਾਲ ਕੰਮ ਥੋੜਾ ਘੱਟ ਹੋ ਗਿਆ ਫਿਰ ਮੈਂ ਦਿਲਜੀਤ ਭਾਈ ਨੂੰ ਮਿਲਿਆ ਫਿਰ ਮੈਂ ਇੱਕ ਗਾਣਾ ਆਇਆ ਸੀ ਕੋਲਾ ਗਰੀ ਪੰਜਾਬੀ ਉਹ ਤਾਂ ਬਹੁਤ ਹਾਂਜੀ ਉਹਦੀ ਇੱਕ ਸਟੋਰੀ ਹੈ ਅੱਛਾ ਉਹਦੀ ਸਟੋਰੀ ਇਹ ਹੈ ਵੀ ਕੋਲਾਵਰੀ ਆਇਆ ਕੋਲਾਵਰੀ ਹਿੱਟ ਹੋ ਗਿਆ ਤਾਂ ਮੈਨੂੰ ਇੱਕ ਮੁਖਤਿਆਰ ਭਾਜੀ ਹੈ ਸਾਡੇ ਉਹ ਬਹੁਤ ਪਿਆਰੇ ਆ ਉਹ ਪ੍ਰੈਜ਼ੈਂਟਰ ਹੈ ਅੱਛਾ ਜੀ ਵੀ ਉਹ ਜੇ ਤੁਹਾਡੇ ਕੋਲ ਗਾਣੇ ਤਾਂ ਉਹ ਕੰਪਨੀ ਨੂੰ ਪਿਚ ਕਰ ਦਿੰਦੇ ਆ ਇਸ ਟਾਈਪ ਦਾ ਉਹ ਕੰਪਨੀ ਨਾਲ ਵਧੀਆ ਉਹਨਾਂ ਦੀ ਗੱਲਬਾਤ ਅੱਛਾ ਜੀ ਤੇ ਮੈਂ ਉਹਨਾਂ ਉਸ ਟਾਈਮ ਦਾ ਜਾਣਦਾ ਉਹਨਾਂ ਨੂੰ ਉਹ ਮੈਨੂੰ ਕਹਿੰਦੇ ਵੀ ਇਹ ਨਾ ਹੁਣ ਕੰਪਾਈਲ ਕਰ ਰਹੇ ਇੱਕ ਐਲਬਮ ਜਿਹਦੇ ਵਿੱਚ ਅੱਡ ਅੱਡ ਲੈਂਗੁਏਜਸ ਕੋਲਾਵੇਰੀ ਦੀ ਹੈਗੀ ਹੈ ਤੇ ਉਹਦੀ ਇੱਕ ਐਲਬਮ ਬਣਾਉਣਗੇ ਅੱਛਾ ਤੁਸੀਂ ਪੰਜਾਬੀ ਬਣਾਓ ਆਪਾਂ ਪਿਚ ਕਰ ਦਾਂਗੇ ਉਹ ਲੈ ਲੈਣਗੇ ਪੰਜਾਬੀ ਗਾਣਾ ਵੀ ਉਹ ਪੰਜਾਬੀ ਗੀਤ ਪਾ ਲੈਣਗੇ ਉਹ ਚ ਮੈਂ ਠੀਕ ਹੈ ਭਾਜੀ ਮੈਂ ਪੰਜਾਬੀ ਗਾਣਾ ਬਣਾਤਾ ਕੋਲਾਵੇਰੀ ਉਹਨਾਂ ਨੇ ਲਿੱਤਾ ਹੀ ਨਹੀਂ ਸੋਨੇ ਵਾਲਿਆਂ ਨੂੰ ਪਸੰਦ ਨਹੀਂ ਆਇਆ ਯਾਰ ਯਾਰ ਮੇਰੇ ਖਿਆਲ ਨਾਲ ਮੈਨੂੰ ਇਹ ਲੱਗਦਾ ਪਸੰਦ ਨਹੀਂ ਆ ਪਰ ਮੇਰੇ ਖਿਆਲ ਨਾਲ ਉਹਨੇ ਪਹਿਲਾਂ ਇੱਕ ਪੰਜਾਬੀ ਗਾਣਾ ਜਿਹੜੇ ਪਿੰਕੀ ਮੋਗੇ ਵਾਲੀ ਉਹ ਇੱਧਰ ਦੇ ਸੀਗੇ ਉਹ ਵੀ ਬਹੁਤ ਚੱਲਿਆ ਗਾਣਾ ਹਾਂਜੀ ਤੇ ਉਹ ਉਹਨਾਂ ਨੇ ਪਹਿਲਾਂ ਲੈ ਲਿਆ ਸੀ ਅੱਛਾ ਮੈਨੂੰ ਲੱਗਦਾ ਵੀ ਉਹ ਪਹਿਲਾਂ ਉਹਨਾਂ ਨੇ ਲੈ ਲਿਆ ਸੀ ਫਿਰ ਉਹਨੇ ਲੱਗਿਆ ਵੀ ਆਹ ਇਹਦੇ ਪੈਸੇ ਦੇ ਚੁੱਕੇ ਵੀ ਹਾਂ ਦੂਜਾ ਗਾਣਾ ਉਹ ਕਰਨਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਹਦਾ ਕੀ ਕਰਾਂ ਗਾਣੇ ਦਾ ਕਹਿੰਦਾ ਜੋ ਮਰਜ਼ੀ ਕਰੋ ਤਾਂ ਮੇਰੀ ਪੰਜਾਬੀ ਆਪਾਂ ਬਣਾਇਆ ਪਰ ਮੈਨੂੰ ਇਹ ਲੱਗਦਾ ਸੀ ਵੀ ਪੰਜਾਬੀ ਉਹਨਾਂ ਨੇ ਆਲਰੇਡੀ ਲੈ ਲਿਆ ਹਾਂਜੀ ਗਾਣਾ ਤਾਂ ਉਹ ਪਿੰਕੀ ਮੋਗੇ ਵਾਲੀ ਹੈਗਾ ਇੱਧਰ ਮੋਹਾਲੀ ਦੇ ਉਹ ਮੁੰਡੇ ਆ ਉਹਨਾਂ ਨੇ ਬਹੁਤ ਸੋਹਣਾ ਬਣਾਇਆ ਸੀ ਉਹ ਵੀ ਹਾਂਜੀ ਹਾਂਜੀ ਉਹ ਵੀ
ਤਾਂ ਉਹਨਾਂ ਨੇ ਉਹ ਲੈ ਲਿਆ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਮੈਂ ਜਿਹੜਾ ਬਣਾ ਲਿਆ ਇਹਦਾ ਕੀ ਕਰਾਂ ਅੱਛਾ ਉਹ ਕਹਿੰਦੇ ਜੋ ਮਰਜ਼ੀ ਕਰੋ ਸਾਨੂੰ ਕੀ ਲੈਣਾ ਦੇਣਾ ਅੱਛਾ ਮੈਂ ਕਿਹਾ ਠੀਕ ਹੈ ਜੀ ਤਾਂ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਇਕੱਠੇ ਕਰਕੇ ਇੱਕ ਮੇਰਾ ਦੋਸਤ ਆਇਆ ਸੀ ਬਾਹਰੋਂ ਤੇ ਉਹ US ਤੋਂ ਆਇਆ ਸੀ ਤੇ ਉਹ ਕਹਿੰਦਾ ਵੀ ਆਪਾਂ US ਅੰਬੈਸੀ ਡਿਨਰ ਕਰਨਾ ਤਾਂ ਸਾਡੇ ਉੱਥੇ ਨਾ ਇੱਕ ਅੰਬੈਸੀ ਏਰੀਆ ਹੈ ਜਿਹੜਾ ਸੇਮ ਚੰਡੀਗੜ੍ਹ ਲੱਗਦਾ ਚੰਡੀਗੜ੍ਹ ਪਤਾ ਨਹੀਂ ਉਹ ਤੇ ਬਣਿਆ ਪਤਾ ਨਹੀਂ ਉਹ ਚੰਡੀਗੜ੍ਹ ਤੇ ਬਣਿਆ ਮੈਨੂੰ ਇਹ ਨਹੀਂ ਪਤਾ ਪਰ ਉਹ ਬਿਲਕੁਲ ਸੇਮ ਚੰਡੀਗੜ੍ਹ ਵਰਗਾ ਉਹ ਮਾਲਚਾ ਮਾਰਗ ਕਹਿੰਦੇ ਆ ਉੱਥੇ ਆਪਾਂ ਰੋਟੀ ਰੁਟੀ ਖਾ ਕੇ ਨਿਕਲੇ ਹਾਂ ਬਾਹਰ ਤੇ ਮੈਂ ਕੈਮਰਾ ਲੈ ਗਿਆ ਸੀ ਆਪਣਾ ਅੱਛਾ ਤੇ ਮੈਂ ਕਿਹਾ ਚਲੋ ਆਪਾਂ ਸ਼ੂਟ ਕਰ ਲਾਂਗੇ ਯਾਰ ਉਹਨਾਂ ਨੂੰ ਲੱਗਿਆ ਵੀ ਮਜ਼ਾਕ ਮਾਹੌਲ ਕਰੀ ਜਾਂਦਾ ਵੀ ਏਦਾਂ ਕਿਵੇਂ ਸ਼ੂਟ ਕਰ ਲਾਂਗਾ ਉਹ ਮੈਂ ਕੈਮਰਾ ਸਾਹਮਣੇ ਰੱਖਿਆ ਗੱਡੀ ਦੇ ਤੇ ਆਪਾਂ ਆਨ ਕਰਕੇ ਐਵੇਂ ਸ਼ੂਟ ਕਰ ਲਿਆ ਮਾਹੌਲਾਂ ਚ ਮਜ਼ਾਕ ਮਜ਼ਾਕ ਜੇ ਰੋਡ ਦੇ ਨੱਚਣ ਲੱਗ ਗਏ ਇੰਨੀ ਦੇਰ ਗੱਡੀ ਆ ਗਈ ਦੂਜੀ ਤੇ ਉਹਨੂੰ ਵੀ ਰੋਕ ਲਿਆ ਅੱਛਾ ਉਹਦੇ ਕਿਉਂਕਿ ਗੱਲ ਕੀ ਸੀ ਪਹਿਲਾਂ ਤਾਂ ਮੈਂ ਕੈਮਰਾ ਫੜਿਆ ਸੀ ਮੈਂ ਕਿਹਾ ਹੁਣ ਕੈਮਰਾ ਰੱਖਾਂ ਕਿਤੇ ਗੱਡੀ ਜਿਹੜੀ ਸਾਡੀ ਉਹ ਫਰੇਮ ਚ ਹੈ ਹੁਣ ਮੈਂ ਮੈਂ ਕੈਮਰਾ ਰੱਖਾਂ ਕਿਤੇ ਤਾਂ ਇਹ ਗੱਡੀ ਆ ਗਈ ਉਹਨੂੰ ਆਪਾਂ ਰੋਕ ਕੇ ਮੈਂ ਕਿਹਾ ਖੜ ਜਾ ਯਾਰ ਤੇਰੀ ਡਿੱਕੀ ਤੇ ਆਪਾਂ ਕੈਮਰਾ ਕੈਮਰਾ ਰੱਖਣਾ ਫਿਰ ਐਂਡ ਚ ਉਹ ਦੋਨੋਂ ਮੁੰਡੇ ਵੀ ਡਾਂਸ ਕਰ ਰਹੇ ਅੱਛਾ ਉਹ ਵੀ ਡਾਂਸ ਕਰ ਰਹੇ ਆ ਵੀਡੀਓ ਚ ਤੇ ਉਹ ਵੀ ਆ ਗਏ ਵੀਡੀਓ ਦੇ ਵਿੱਚ ਐਂਡ ਚ ਤੁਸੀਂ ਦੇਖੋਗੇ ਉਹ ਵੀ ਮੁੰਡੇ ਹੈਗੇ ਆ ਅੱਛਾ ਜੀ ਤਾਂ ਆਹ ਮੈਂ ਬਣਾਤਾ ਨਾਲ ਦੇ ਨਾਲ ਮੈਂ ਉਹਨੂੰ ਐਡਿਟ ਕਰਤਾ ਉਹ ਐਡਿਟ ਕਰਕੇ ਮੈਂ ਰਾਤ ਨੂੰ ਐਡਿਟ ਕਰਕੇ ਮੈਂ ਸਵੇਰੇ ਪਾਤਾ ਇੱਕ ਦਿਨ ਚ 10,000 ਵਿਊ ਆ ਗਏ ਮੈਂ ਸਿਰਫ ਆਪਣੇ ਪ੍ਰੋਫਾਈਲ ਤੇ ਪਾਇਆ ਸੀ ਮੇਰਾ ਕੋਈ ਚੈਨਲ ਪੇਜ ਨਹੀਂ ਹੈ ਕੋਈ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਤੇ ਮੈਂ ਪਹਿਲਾ ਵੀਡੀਓ ਆਪਣੇ ਪੇਜ ਤੇ ਆਪਣੇ ਪ੍ਰੋਫਾਈਲ ਤੇ ਫੇਸਬੁੱਕ ਤੇ ਮੈਂ ਰਿਲੀਜ਼ ਮਤਲਬ ਐਂ ਪਾਤਾ ਉਹ ਲੋਕਾਂ ਨੇ ਸ਼ੇਅਰ ਕਰਨਾ ਸ਼ੁਰੂ ਕਰਤਾ ਬਿਲਕੁਲ ਉਹ ਸ਼ੇਅਰ ਨਾ ਕੀਤਾ ਉਹ ਪਹਿਲੇ ਦਿਨ ਚ 10,000 ਵਿਊ ਹੋ ਗਿਆ ਦੂਜੇ ਦਿਨ ਹੋ ਗਿਆ ਕੋਈ 90,000 ਵਿਊ ਤਿੰਨ ਦਿਨ ਚ 3,00,000 ਵਿਊ ਹੁਣ ਤਾਂ ਗਿਆ ਹੁਣ ਮੈਂ ਕੀ ਕਰਦਾ ਹੁਣ ਤਾਂ ਹੋ ਗਿਆ ਉਹ ਸਾਊਂਡ ਦਿਲਜੀਤ ਭਾਈ ਨੇ ਸੁਣਿਆ ਸੀ ਅੱਛਾ ਕੋਲਾ ਵੀਰੀ ਸੁਣਿਆ ਉਹਨਾਂ ਨੇ ਵੀ ਆ ਯਾਰ ਬੜਾ ਅਲੱਗ ਜਿਹਾ ਵੱਜ ਰਿਹਾ ਵੀ ਇਸ ਨਾਲ ਦੇਸੀ ਢੋਲਕਾਂ ਨੇ ਸ਼ਗਿਰਦ ਮੈਂ ਫਿਊਜ਼ਨ ਹੀ ਕਰਨਾ ਸੀ ਉਹ ਬੜਾ ਫਿਊਜ਼ਨ ਦਾ ਕੀਤਾ ਤਾਂ ਉਹਨਾਂ ਨੂੰ ਲੱਗਿਆ ਵੀ ਤਾਂ ਸੋਨਾਲੀ ਜਿਹੜੀ ਹੈ ਉਹਨਾਂ ਦੀ ਮੈਨੇਜਰ ਉਹ ਉਸ ਟਾਈਮ ਵੀ ਉਹਨਾਂ ਨੂੰ ਉਹਨਾਂ ਨਾਲ ਸੀਗੀ ਟੱਚ ਅੱਛਾ ਤੇ ਸੋਨਾਲੀ ਮੇਰੀ ਭੈਣਾਂ ਵਰਗੀ ਆ ਉਹ ਮੈਨੂੰ ਵੀ ਜਾਣਦੀ ਸੀ ਉਹ ਕਹਿੰਦੀ ਮੈਂ ਜਾਣਦੀ ਹਾਂ ਕੌਣ ਹੈ ਅੱਛਾ ਤਾਂ ਫਿਰ ਸਾਡੀ ਮੀਟਿੰਗ ਹੋਈ ਉਹ ਤੋਂ ਬਾਅਦ ਉਹਨਾਂ ਨੂੰ ਕੋਲਾਵੇਰੀ ਵਾਲਾ ਸਾਊਂਡ ਬਹੁਤ ਸੋਹਣਾ ਲੱਗੇ ਵੀ ਇਹ ਸਾਊਂਡ ਡਿਫਰੈਂਟ ਹੈ ਭਾਜੀ ਤੁਹਾਨੂੰ ਯਾਦ ਹੋਵੇ ਅਮਿਤਾਭ ਬੱਚਨ ਸਾਹਿਬ ਨੇ ਉਸ ਕੋਲਾਵੇਰੀ ਚ ਰੀਲ ਬਣਾਈ ਸੀਗੀ ਉਹਨਾਂ ਨੇ ਆਪਣੇ ਵਾਲੇ ਪੰਜਾਬੀ ਵਾਲੇ ਨਾਲ ਹਾਂਜੀ ਹਾਂਜੀ ਭਾਜੀ ਮੈਨੂੰ ਪਤਾ ਨਹੀਂ ਸੀ ਨਹੀਂ ਨਹੀਂ ਬਹੁਤ ਮੈਂ ਜੋ ਤੁਸੀਂ ਯਾਦ ਕਰਦੇ ਆਪਾਂ ਬੰਬਾ ਨਹੀਂ ਨਹੀਂ ਬੇਹੱਦ ਬਹੁਤ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਉਹ ਤੋਂ ਟ੍ਰੈਂਡ ਜਿਹਾ ਸ਼ੁਰੂ ਹੋਇਆ ਸੀ ਰੀਲ ਉਹਨਾਂ ਦਾ ਥੈਂਕ ਯੂ ਜੀ ਧੰਨਵਾਦ ਜੀ ਤਾਂ ਬੇਹੱਦ ਵਾਇਰਲ ਸੀਗਾ ਤੁਹਾਨੂੰ ਉਦੋਂ ਫੀਲ ਹੋਇਆ ਵੀ ਨਹੀਂ ਯਾਰ ਵੀ ਇੱਕ ਰਾਤੋਂ ਰਾਤ ਸਟਾਰ ਬਣਨ ਵਾਲੀ ਫੀਲ ਤੁਹਾਨੂੰ ਉਦੋਂ ਥੋੜਾ ਇਹ ਸ਼ੁਰੂ ਹੋਇਆ ਉਸ ਤੋਂ ਬਾਅਦ ਮੈਨੂੰ ਫੋਨ ਆਉਣ ਲੱਗ ਗਏ ਲੋਕਾਂ ਦੇ ਫਿਰ ਪਹਿਲੀ ਵਾਰ ਮੀਡੀਆ ਵਾਲਿਆਂ ਦਾ ਫੋਨ ਆਉਣ ਲੱਗ ਗਈ ਵੀ ਸਾਨੂੰ ਫੋਟੋ ਚਾਹੀਦੀ ਤੁਹਾਡੀ ਫੋਟੋ ਛਾਪਣੀ ਹੈ ਅੱਛਾ ਜੀ ਵੀ ਇਹ ਪੰਜਾਬ ਦੇ ਬੰਦੇ ਹੈਗੇ ਆ ਜੀ ਗਾਣਾ ਰਿਲੀਜ਼ ਹੋਇਆ ਫਿਰ ਉਹ ਧਨੁਸ਼ ਨੇ ਵੀ ਕਿਹਾ ਉਹਨੇ ਇੱਕ ਪਲੇ ਲਿਸਟ ਬਣਾਈ ਆਪਣੀ ਵੀ ਮੇਰੇ ਫੇਵਰੇਟ ਕੋਲਾਵੇਰੀਜ਼ ਉਹ ਚ ਉਹਨੇ ਮੇਰੇ ਵਾਲਾ ਕੋਲਾਵੇਰੀ ਪਾਤਾ ਸੀ ਤੇ ਪ੍ਰਾਊਡ ਮੂਵਮੈਂਟ ਡਿਫਰੈਂਟ ਮੂਵਮੈਂਟ ਸੀ ਮੇਨ ਗੱਲ ਇਹ ਹੈ ਵੀ ਪੰਜਾਬ ਇੰਡਸਟਰੀ ਚ ਮੇਰੀ ਐਂਟਰੀ ਉਸ ਗਾਣੇ ਦੀ ਉਸ ਗਾਣੇ ਭਾਈ ਕੋਈ ਏਦਾਂ ਦਾ ਸ਼ਾਇਦ ਪੁੱਛਣਾ ਨਹੀਂ ਚਾਹੀਦਾ ਮਤਲਬ ਉਦੋਂ ਤੁਹਾਨੂੰ ਲੱਗਦਾ ਹੋਵੇ ਵੀ ਇਹ ਗਾਣਾ ਬਹੁਤ ਮਹਿੰਗਾ ਵੇਚਿਆ ਤੁਸੀਂ ਤੁਹਾਡਾ ਪਹਿਲਾ ਗਾਣਾ ਇਹ ਹੁੰਦਾ ਨੀ ਯਾਰ ਇਹ ਤਾਂ ਬਾਬੇ ਦੀ ਕਿਰਪਾ ਹੋ ਗਈ ਇਹ ਗਾਣਾ ਆਪਣਾ ਬਹੁਤ ਮਹਿੰਗਾ ਵਿਕ ਗਿਆ ਕਿਹੜਾ ਗਾਣਾ ਸੀ ਹਾਲੇ ਤਾਂ ਮੈਨੂੰ ਲੱਗਦਾ ਨੀ ਗਾਣੇ ਮਹਿੰਗੇ ਵਿਕੇ ਹਾਂਜੀ ਨਹੀਂ ਭਾਈ ਏਦਾਂ ਦਾ ਕੋਈ ਗਾਣਾ ਨੀ ਹੈ ਮੈਂ ਤਾਂ ਆਪਣਾ ਜਿਹੜਾ ਮੇਰਾ ਰੇਟ ਆ ਉਸ ਹਿਸਾਬ ਨਾਲ ਆਪਾਂ ਵੇਚਦੇ ਹਾਂ ਤੇ ਵੇਚਣਾ ਵੀ ਕੀ ਹੁੰਦਾ ਭਾਜੀ ਵੈਸੇ ਕ੍ਰੀਏਟੀਵਿਟੀ ਦਾ ਕ੍ਰੀਏਟੀਵਿਟੀ ਦਾ ਕੋਈ ਮੁੱਲ ਨਹੀਂ ਹੁੰਦਾ ਵੈਸੇ ਉਹਦਾ ਆਪਾਂ ਨੂੰ ਹੁੰਦਾ ਨਾ ਵੀ ਯਾਰ ਉਹ ਠੀਕ ਆ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਜੀ ਜਿਹੜਾ ਵੀ ਮੇਰਾ ਰੇਟ ਆ ਉਹ ਹੈਗਾ ਹੀ ਆ ਏਦਾਂ ਹੀ ਆ ਪਰ ਮੈਂ ਕਦੇ ਰੇਟ ਮੰਗਿਆ ਨਹੀਂ ਭਾਜੀ ਅੱਛਾ ਕਿਸੇ ਵੀ ਆਰਟਿਸਟ ਕੋਲੋਂ ਜਿਹੜੇ ਨਵੇਂ ਆਉਂਦੇ ਚਲੋ ਉਹ ਇੱਕ ਅਲੱਗ ਚੀਜ਼ ਆ ਪਰ ਜਿਹੜੇ ਵੀ ਪੁਰਾਣੇ ਆਰਟਿਸਟ ਹੈ ਮੈਂ ਅੱਜ ਤੱਕ ਕਦੇ ਕਿਸੇ ਤੋਂ ਵੀ ਪੈਸੇ ਨਹੀਂ ਮੰਗੇ ਭਾਜੀ ਜੇ ਉਹ ਪੈਸੇ ਦੀ ਗੱਲ ਆਉਂਦੀ ਵੀ ਕਿੰਨੇ ਦੇਣੇ ਆ ਕੀ ਦੇਣਾ ਮੈਂ ਕਿਹਾ ਜੀ ਆਹ ਅਕਾਊਂਟ ਨੰਬਰ ਤੁਹਾਡਾ ਮਨ ਕਰਦਾ ਜੋ ਮਨ ਕਰਦਾ ਤੁਸੀਂ ਇੱਥੇ ਪਾ ਦਿਓ ਇਹੀ ਸ਼ਾਇਦ ਮੁਹੱਬਤ ਆ ਤੁਹਾਡੀ ਕਿ ਅੱਜ ਸਾਰਿਆਂ ਦੇ ਨਾਲ ਸ਼ਾਇਦ ਭਾਜੀ ਹਾਂ ਲਗਾਤਾਰ ਹੁਣ ਕੰਮ ਕਰ ਰਹੇ ਮੇਨ ਰਿਸਪੈਕਟ ਵੀ ਹੈ ਭਾਜੀ ਉਹਨਾਂ ਨੂੰ ਦੇਖ ਦੇਖ ਕੇ ਵੱਡੇ ਹੋਏ ਆ ਜਿਹੜੇ ਆਰਟਿਸਟ ਦੂਜੇ ਆ ਉਹਨਾਂ ਨੂੰ ਦੇਖ ਦੇਖ ਕੇ ਕੰਮ ਕਰਨ ਲੱਗੇ ਤੇ ਮੈਨੂੰ ਇਹ ਮੇਰੀ ਤਰਫੋਂ ਇੱਕ ਰਿਸਪੈਕਟ ਵਾਲੀ ਉਹ ਲਾ ਲਓ ਚੀਜ਼ ਆ ਉਹਨਾਂ ਲਈ ਵੀ ਮੈਂ ਨਹੀਂ ਪੈਸੇ ਮੰਗੇ ਕਿਸੇ ਤੋਂ ਭਾਜੀ
ਪਰ ਉਧਰੋਂ ਵੀ ਇਹ ਨਹੀਂ ਹੋਇਆ ਕਦੇ ਵੀ ਪੈਸੇ ਦਿੱਤੇ ਨਹੀਂ ਗਏ। ਹਰ ਕਿਸੇ ਨੇ ਮਤਲਬ ਓਨੇ ਕੁ ਪੈਸੇ ਹੀ ਦਿੱਤੇ, ਮਤਲਬ ਵਧੀਆ ਪੈਸੇ ਦਿੱਤੇ ਵੀ ਜਿੰਨੇ ਕੁ ਬਣਦੇ ਆ। ਬਿਲਕੁਲ ਹਮੇਸ਼ਾ ਹਮੇਸ਼ਾ ਹੋਇਆ। ਕੀ ਇੰਨੇ ਸਾਲਾਂ ਬਾਅਦ ਫਿਰ ਹੁਣ ਕਿੱਦਾਂ ਜਾਏ ਸਾਈਬਰੀ ਵੀ ਡੈਬਿਊ ਕਰਦੇ ਆ? ਫਿਰ ਆਪਾਂ ਇਹ ਗੀਤ ਬਣਾਇਆ ਜਾਂਦੀ ਜਾ ਮੁੱਟੇ ਯਾਰ, ਜਿਹੜਾ ਸੈਡ ਸੌਂਗ ਪਹਿਲੀ ਵਾਰ ਜ਼ਿੰਦਗੀ ਚ ਮੈਂ ਸੈਡ ਸੌਂਗ ਬਣਾਇਆ। ਅੱਛਾ ਹਾਂਜੀ, ਤੇ ਇਹ ਬਹੁਤ ਪਹਿਲਾਂ ਦਾ ਡਿਊ ਸੀ ਗਾਣੇ। ਮੈਂ ਬਹੁਤ ਸੈਡ, ਮੈਂ ਬਹੁਤ ਡਮੀਆਂ ਬਹੁਤ ਬਣਾਈਆਂ, ਪਰ ਇਹ ਜਿਹੀ ਚੀਜ਼ ਸੀ ਜਿਹੜੀ ਮੈਨੂੰ ਲੱਗਿਆ ਵੀ ਯਾਰ ਇਹ ਬਹੁਤ ਡਿਫਰੈਂਟ ਜੀ ਵਾਈਬ ਹੈ, ਬਟ ਡਿਫਰੈਂਟ ਚੀਜ਼ ਬਣ ਗਈ ਹੈ। ਤੇ ਇੱਕ ਮੇਰੇ ਦਿਲ ਚ ਸੀਗਾ ਜ਼ਰੂਰ ਵੀ ਮੈਂ ਇੱਕ ਐਲਬਮ ਬਣਾਉਣੀ ਹੈ, ਤੇ ਇੱਕ ਨਾਮ ਮੇਰੇ ਦਿਮਾਗ 'ਚ ਭਾਜੀ ਅੜਿਆ ਹੋਇਆ ਸੀ, ਉਹ ਨਾਮ ਹੈ ਅੰਡਰ ਰੇਟਡ। ਤੇ ਇਹ ਜਿਹੜਾ ਅੰਡਰ ਰੇਟਡ ਨਾਮ ਹੈ, ਇਹ ਵੀ ਮੇਰੇ ਚਾਹੁਣ ਵਾਲਿਆਂ ਦਾ, ਮੇਰੇ ਪਿਆਰ ਕਰਨ ਵਾਲੇ ਜਿਹੜੇ ਬੰਦੇ ਆ, ਗੁਰੂ ਰੰਧਾਵਾ ਕਹਿੰਦੇ ਨੇ ਹਾਈ ਰੇਟਡ ਕਪੂਰ ਤੁਸੀਂ ਅੰਡਰ ਰੇਟਡ। ਹਾਂ, ਉਹ ਵੀ ਆਪਣਾ ਭਰਾ ਹੈ, ਤੇ ਉਹ ਹਾਈ ਰੇਟਡ ਤੇ ਮੈਂ ਅੰਡਰ ਰੇਟਡ। ਇਹ ਭਾਜੀ ਮੈਂ ਆਪ ਨੇ ਚੂਜ਼ ਕੀਤਾ, ਮੈਨੂੰ ਮੇਰੇ ਪਿਆਰ ਕਰਨ ਵਾਲੇ ਨੇ ਦਿੱਤਾ। ਜਿਹੜੇ ਵੀ ਮੇਰੇ ਪੁਰਾਣੇ ਗਾਣੇ ਆ, ਭਾਵੇਂ ਟੈਨ ਟੈਨ ਹੋਵੇ, ਬਾਜ਼ਾਰ ਹੋਵੇ, ਤੇਰੇ ਕਰਕੇ ਹੋਵੇ, ਜਾਂ ਵਰਕਆਊਟ ਹੋਵੇ, ਜਾਂ ਤੇਰੇ ਗੇੜੇ ਹੋਵੇ, ਜਾਂ ਜੋ ਵੀ ਮੇਰੇ ਗਾਣੇ ਸੀਗੇ, ਇਹਨਾਂ ਦੇ ਕਮੈਂਟਸ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਜ਼ਰੂਰ ਲਿਖਿਆ ਹੋਇਆ ਵੀ ਆਹ ਬੰਦਾ ਬਹੁਤ ਅੰਡਰ ਰੇਟਡ ਆ, ਵੀ ਇਹ ਇਹਨੂੰ ਇਹਦੇ ਗਾਣਿਆਂ ਨੂੰ ਜ਼ਿਆਦਾ ਪਿਆਰ ਮਿਲਣਾ ਚਾਹੀਦਾ, ਵੀ ਇਹ ਉਸ ਮੁਕਾਮ 'ਤੇ ਪਹੁੰਚਿਆ ਨਹੀਂ। ਅਤੇ ਮੈਂ ਉਹਨਾਂ ਦੇ ਗੱਲਾਂ ਨੂੰ ਸਿਰ ਮੱਥੇ ਰੱਖ ਕੇ ਵੀ ਆਹ ਵਰਡ ਮੈਂ ਹਮੇਸ਼ਾ ਰੱਖਿਆ ਹੋਇਆ ਸੀ ਵੀ ਆਹ ਜੇ ਮੈਂ ਐਲਬਮ ਬਣਾਊਂਗਾ ਤਾਂ ਉਹਦਾ ਨਾਂ ਅੰਡਰ ਰਾਈਟਰ ਰੱਖੂੰਗਾ। ਅਤੇ ਆਹ ਜਿਹੜਾ ਗਾਣਾ ਨਾ ਮੈਂ ਜਿਹਨੂੰ ਦਿੱਤਾ ਔਸਮ ਰੈਕਰਡਸ ਵਾਲੇ ਹੈਗੇ ਆ, ਮਨਪ੍ਰੀਤ ਕੌਰ ਜੀ ਅਤੇ ਸ਼ੇਖਰ ਹਿਮਾਚੂ, ਇਹ ਦਿੱਲੀ ਦੇ ਹੈਗੇ ਆ ਕੰਪਨੀ ਵਾਲੇ, ਉਹਨਾਂ ਨੂੰ ਮੈਂ ਦੱਸਿਆ, ਉਹਨਾਂ ਨੂੰ ਗਾਣਾ ਪਸੰਦ ਆਇਆ, ਉਹਨਾਂ ਨੇ ਗਾਣਾ ਲੈ ਲਿਆ। ਉਹ ਕਹਿੰਦੇ ਉਹਨਾਂ ਨੇ ਇੱਕ ਐਂ ਗੱਲ ਕਹੀ ਵੀ ਤੁਸੀਂ ਐਲਬਮ ਕਿਹਨੂੰ ਬਣਾਉਂਦੇ? ਮੈਂ ਕਿਹਾ ਮੈਂ ਵੀਰੇ ਜੀ ਐਲਬਮ ਬਣਾਊਂਗਾ, ਮੈਂ ਐਲਬਮ ਦਾ ਨਾਂ ਆਪਣਾ ਨਾ ਅੰਡਰ ਰੇਟਡ ਰੱਖਿਆ। ਕਹਿੰਦੇ ਫਿਰ ਡਨ ਹੋ ਗਿਆ, ਅਸੀਂ ਐਲਬਮ ਬਣਾਓ, ਆਪਾਂ ਪੂਰੀ ਐਲਬਮ ਰਿਲੀਜ਼ ਕਰਾਂਗੇ। ਅਤੇ ਉਹ ਈ ਪੀ ਹੈ ਐਲਬਮ 5 ਗਾਣਿਆਂ ਦੀ। ਅੱਗੇ ਆਪਾਂ ਫਿਲਹਾਲ ਜਿਹੜਾ ਗਾਣੇ ਜਾਂਦੀ ਜਾ ਦੇ ਨਾਲ ਆਪਾਂ ਐਲਬਮ ਅਨਾਊਂਸ ਕੀਤੀ ਆ, ਅਤੇ ਮਹੀਨੇ ਦੇ ਵਿੱਚ ਆਪਾਂ ਪੂਰੀ ਐਲਬਮ ਈ ਪੀ ਜਿਹੜੀ ਆ ਉਹ ਪਾ ਦੇਣੀ। ਦੂਜੇ ਗਾਣੇ ਦੇ ਨਾਲ ਆਪਾਂ ਪੂਰੀ ਐਲਬਮ ਰਿਲੀਜ਼ ਕਰਨੀ ਹੈ। ਉਹ ਜਿਹੜਾ ਗਾਣਾ ਹੋਊਗਾ ਉਹ ਇਹ ਮੇਰਾ ਸੋਲੋ ਆ, ਅਤੇ 3 ਮੇਰੇ ਸੋਲੋ ਗਾਣੇ ਆ ਇਹਦੇ ਵਿੱਚ, ਅਤੇ 2 ਉਹਦੇ ਵਿੱਚ ਫੀਚਰਿੰਗ ਹੈ ਜੀ। ਕਿੰਨੇ ਦੀ? ਇਹ ਨਹੀਂ ਦੱਸ ਸਕਦਾ ਮੈਂ, ਸਰਪ੍ਰਾਈਜ਼ ਹੋਵੇ ਸਾਡੇ ਲਈ, ਸਰਪ੍ਰਾਈਜ਼ ਲਾ ਲਾ। ਅਤੇ ਉਹ ਹਲੇ ਕੰਮ ਚੱਲੀ ਜਾਂਦਾ, ਅਤੇ ਹੁਣ ਨੈਕਸਟ ਗਾਣਾ ਜਿਹੜਾ ਹੋਊਗਾ ਫੀਚਰਿੰਗ ਵਾਲਾ ਹੋਊਗਾ, ਉਹਦੇ ਨਾਲ ਆਪਾਂ ਐਲਬਮ ਲਾਂਚ ਕਰਾਂਗੇ ਅੰਡਰ ਰੇਟਡ, ਦੀ ਅੰਡਰ ਰੇਟਡ ਦੇ ਨਾਮ 'ਤੇ। ਸੁਣ ਲਈ ਤੁਹਾਡੇ ਤੋਂ ਕਿਹੜਾ ਗਾਣਾ ਜਾਂਦੀ ਹੈ ਜਾਂ ਸੁਣ? ਹਾਂਜੀ ਸੁਣ ਸਕਦੇ ਹਾਂ, ਬਿਲਕੁਲ ਬਿਲਕੁਲ। ਹਾਂਜੀ, ਰਿਲੀਜ਼ ਹੋਣਾ 29 ਨੂੰ। ਹਾਂਜੀ ਹਾਂਜੀ, ਇਹ ਹੈਗਾ ਜੀ, ਤੂੰ ਕੀਤੀ ਜੋ ਮੇਰੇ ਨਾਲ, ਤੂੰ ਕੀਤੀ ਜੋ ਮੇਰੇ ਨਾਲ, ਤੂੰ ਕੀਤੀ ਜੋ ਮੇਰੇ ਨਾਲ, ਤੇਰੇ ਨਾਲ ਖੁਦਾ ਕਰਦੇ ਖੁਦਾ ਕਰਦੇ, ਜਾਂਦੀ ਜਾ ਮੁਟਿਆਰੇ ਤੇਰੇ ਬਿਨ ਨਹੀਂ ਮਰਦੇ ਨਹੀਂ ਮਰਦੇ, ਜਾਂਦੀ ਜਾ ਮੁਟਿਆਰੇ ਤੇਰੇ ਬਿਨ ਨਹੀਂ ਮਰਦੇ। ਕੀ ਬਾਤ ਹੈ ਭਾਜੀ, ਬਹੁਤ ਕਮਾਲ ਦਾ ਫੀਲ ਹੋਣ ਵਾਲਾ। ਤੇ ਭਾਜੀ ਥੈਂਕ ਯੂ ਸੋ ਮਚ, ਗੱਲਾਂ ਬਹੁਤ ਸਾਰੀਆਂ ਨੇ ਤੇ ਟਾਈਮ ਹੈ ਨਾ ਥੋੜਾ ਜਿਹਾ ਹੋ ਗਿਆ, ਤੇ ਫਿਰ ਥੈਂਕ ਯੂ ਸਰ, ਦਿਲੀ ਨਵਾਵਾਂ ਨੇ ਤੁਸੀਂ ਟਾਈਮ ਦਿੱਤਾ ਸਰ ਮੈਨੂੰ। ਨਹੀਂ ਭਾਜੀ, ਤੁਸੀਂ ਚੈਨਲ ਦੇ ਉੱਤੇ ਥੈਂਕ ਯੂ, ਤੁਸੀਂ ਵੀ ਮੈਨੂੰ ਲੈ ਕੇ ਆਏ, ਉਹਦੇ ਵਾਸਤੇ ਬਾਬਾ ਧੰਨਵਾਦ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ।